ਸਤਿ ਸ਼੍ਰੀ ਅਕਾਲ ਜੀ, ਮੈਂ ਫਤਿਹ ਸਿੰਘ ਡਾਕਟਰ ਸੁਮਿਤਾ ਸੋਫਤ ਹਸਪੀਟਲ ਤੋਂ, ਅਤੇ ਅੱਜ ਤੁਹਾਨੂੰ ਡਾਕਟਰ ਸੁਮਿਤਾ ਸੋਫਤ ਜੀ ਦੇ ਇੱਕ ਹੋਰ ਸਕਸੈਸਫੁੱਲ ਕੇਸ ਦੇ ਨਾਲ ਰੂਬਰੂ ਕਰਵਾਉਣ ਜਾ ਰਿਹਾ ਜੀ ਮੈਂ। ਇਹ ਸਾਡੇ ਪੇਸ਼ੈਂਟ ਨੇ ਨੀਲੀਮਾ, ਵਾਈਫ ਆਫ ਪ੍ਰਿੰਸ, ਪ੍ਰਿੰਸ ਜੀ ਨੇ ਉਹਨਾਂ ਦੇ ਹਸਬੈਂਡ, ਅਤੇ ਇਹ ਨੂਰਮਹਿਲ ਜਲੰਧਰ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦੇ ਵਿਆਹ ਨੂੰ 10 ਸਾਲ ਦੇ ਕਰੀਬ ਜਿਹੜਾ ਟਾਈਮ ਹੋ ਗਿਆ ਸੀ, ਪਰ ਇਹਨਾਂ ਦੇ ਕੋਈ ਵੀ ਬੱਚਾ ਨਹੀਂ ਸੀਗਾ, ਕੋਈ ਵੀ ਇਹਨਾਂ ਦੇ ਔਲਾਦ ਨਹੀਂ ਸੀ 10 ਸਾਲ ਦੇ ਵਿੱਚ। ਅਤੇ ਉਸ ਤੋਂ ਬਾਅਦ ਜੀ ਇਹਨਾਂ ਨੂੰ ਡਾਕਟਰ ਸੁਮਿਤਾ ਸੋਫਤ ਹੋਸਪਿਟਲ ਦਾ ਜਿਹੜਾ ਪਤਾ ਲੱਗਿਆ ਇੰਟਰਨੈੱਟ ਦੇ ਮਾਧਿਅਮ ਰਾਹੀਂ, ਅਤੇ ਉਸ ਤੋਂ ਬਾਅਦ ਇਹਨਾਂ ਨੇ ਡਾਕਟਰ ਸੁਮਿਤਾ ਸੋਫਤ ਤੋਂ ਜਿਹੜਾ ਇਲਾਜ ਕਰਵਾਉਣ ਦਾ ਆਪਣਾ ਮਨ ਬਣਾਇਆ, ਅਤੇ ਉਹਨਾਂ ਨਾਲ ਕੰਟੈਕਟ ਕਰਕੇ ਇਹ ਡਾਕਟਰ ਸੁਮਿਤਾ ਸੋਫਤ ਹੋਸਪਿਟਲ ਵਿੱਚ ਆਏ, ਜਿੱਥੇ ਇਹਨਾਂ ਨੇ ਉਹਨਾਂ ਨੂੰ ਮਿਲ ਕੇ ਆਪਣਾ ਇਲਾਜ ਜਿਹੜਾ ਸ਼ੁਰੂ ਕੀਤਾ। ਅਤੇ ਇਲਾਜ ਸ਼ੁਰੂ ਕਰਨ ਤੋਂ ਬਾਅਦ ਡਾਕਟਰ ਸੁਮਿਤਾ ਸੋਫਤ ਨੇ ਬਹੁਤ ਹੀ ਵਧੀਆ ਢੰਗ ਨਾਲ ਇਹਨਾਂ ਦਾ ਇਲਾਜ ਕੀਤਾ, ਇਕਸੀ ਵਿਧੀ ਰਾਹੀਂ, ਅਤੇ ਨਵੀਆਂ ਤਕਨੀਕਾਂ ਰਾਹੀਂ ਜਿਹੜਾ ਇਹਨਾਂ ਦਾ ਇਲਾਜ ਹੋਇਆ। ਅਤੇ ਇਹਨਾਂ ਦੇ ਇਲਾਜ ਦੇ 2 ਤੋਂ 3 ਮਹੀਨੇ ਦੇ ਅੰਦਰ ਹੀ ਇਹਨਾਂ ਦੀ ਜਿਹੜੀ ਪ੍ਰੈਗਨੈਂਸੀ ਰਿਪੋਰਟ ਹੈ ਉਹ ਪੋਜ਼ਿਟਿਵ ਆ ਗਈ ਹੈ, ਅਤੇ ਇਹਨਾਂ ਦੇ ਵਾਈਫ ਦੇ ਬੱਚਾ ਠਹਿਰ ਗਿਆ ਹੈ। ਜਿਹੜੀ ਪ੍ਰੈਗਨੈਂਸੀ ਹੈ ਹੁਣ ਇਹਨਾਂ ਨੂੰ 3 ਤੋਂ 4 ਮਹੀਨੇ ਦੀ ਹੋ ਚੱਲੀ ਹੈ, ਅਤੇ ਇਹ ਅੱਜ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਸਾਰੀ ਫੈਮਿਲੀ ਵੱਲੋਂ ਡਾਕਟਰ ਸੁਮਿਤਾ ਸੋਫਤ ਜੀ ਦਾ ਅਤੇ ਸਾਰੇ ਸਟਾਫ ਦਾ ਧੰਨਵਾਦ ਕਰਨ ਲਈ ਆਏ ਨੇ, ਅਤੇ ਤੁਹਾਨੂੰ ਕੁਛ ਬੋਲ ਕੇ ਕਹਿਣਾ ਚਾਹੁੰਦੇ ਨੇ। ਮੈਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜੋ ਸਾਡੀ ਮਤਲਬ ਲਾਈਫ 'ਚ ਸੋਚਿਆ ਵੀ ਨਹੀਂ ਸੀਗਾ ਵੀ ਅਸੀਂ ਬੱਚੇ ਦਾ ਹੋ ਜਾਏਗਾ, ਪਰ ਅਸੀਂ ਤਾਂ ਹਿੰਮਤ ਵੀ ਹਾਰ ਗਏ ਸੀਗੇ। ਪਰ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਜੋ ਮੈਡਮ ਨੇ ਸਾਡਾ ਸਾਥ ਦਿੱਤਾ, ਅਤੇ ਹੋਸਪਿਟਲ ਦਾ ਜਿਹੜਾ ਸਟਾਫ ਬਹੁਤ ਹੀ ਵਧੀਆ,